ਗੁਰੂ ਕੇ ਪਿਆਰਿਓ, ਜਦੋਂ ਬੱਚਾ ਜਨਮ ਲੈਂਦਾ ਏ, ਮਾਪੇ ਉਹਨੂੰ ਪਾਲਦੇ ਖਾਨ ਅਤੇ ਵੱਡਾ ਕਰਦੇ ਖਾਨ, ਉਸ ਦੀ ਹਰ ਪ੍ਰਕਾਰ ਦੀ ਸੰਭਾਲ ਕਰਨੀ, ਉਹਨੂੰ ਸਿੱਖਿਆ ਦੇਣੀ, ਉਹਦੇ ਰਹਿਣ ਸਹਿਣ ਦਾ ਪ੍ਰਬੰਧ ਕਰਨਾ, ਵੱਡੇ ਹੋਣ ਤੱਕ ਉਹਦੀ ਪਾਲਣਾ ਕਰਦੇ ਨੇ, ਜਦੋਂ ਆਪਣੇ ਪੈਰਾਂ 'ਤੇ ਖਲੋਵੇ ਧਿਆਨ ਰੱਖਦੇ ਖਾਨ, ਫਿਰ ਉਹ ਆਪ ਵੱਡਾ ਹੋ ਕੇ ਕੰਮ ਕਰਦਾ। ਇਸੇ ਤਰ੍ਹਾਂ ਜਦੋਂ ਅਸੀਂ ਸਤਿਗੁਰੂ ਦੇ ਘਰ ਜਨਮ ਲੈਂਦੇ ਹਾਂ ਤਾਂ ਸੁਰਤੀ ਜਨਮ ਲੈਂਦੀ, ਸੁਰਤੀ ਅਤੇ ਸੁਰਤੀ ਨੂੰ ਸਤਿਗੁਰੂ ਜੀ ਪਾਲਦੇ ਨੇ। ਮਾਪੇ ਸਰੀਰਾਂ ਨੂੰ ਪਾਲਦੇ ਨੇ। ਮਹਾਰਾਜ ਜੀ ਦੇ ਘਰ ਜਦੋਂ ਜਨਮ ਹੁੰਦਾ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਗੁਰੂ ਕੇ ਪਿਆਰਿਓ, ਸਰੀਰਾਂ ਦੇ ਮਾਤਾ ਪਿਤਾ ਤਾਂ ਹਰ ਕਿਸੇ ਦੇ ਉਹੀ ਨੇ ਜਿੱਥੋਂ ਜਨਮ ਲਿਆ, ਪਰ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਹੁਕਮ ਕੀਤਾ ਸੀ ਅੱਜ ਸਤਿਗੁਰੂ ਦੇ ਘਰ ਜਨਮ ਹੋਇਆ, ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਬਾਅਦ ਵਿੱਚ ਮਾਤਾ ਸਾਹਿਬ ਕੌਰ ਜੀ, ਉਹ ਸੁਰਤੀ ਦੀ ਖੇਡ ਹੈ। ਉਸ ਸੁਰਤੀ ਨੂੰ ਸਤਿਗੁਰੂ ਜੀ ਜਦੋਂ ਨਾਮ ਕੋਈ ਲੈਂਦਾ ਅੰਮ੍ਰਿਤ ਛਕੀ ਦਾ, ਨਵਾਂ ਜਨਮ ਹੋ ਗਿਆ, ਉਹਨੂੰ ਹੁਣ ਸਤਿਗੁਰੂ ਜੀ ਪਾਲਦੇ ਨੇ, ਵੱਡਾ ਕਰਦੇ ਖਾਨ। ਉਹ ਸੁਰਤੀ ਵੱਡੀ ਹੁੰਦੀ ਏ ਜਿਉਂ ਜਿਉਂ ਅਸੀਂ ਗੁਰੂ ਕੋਲੋਂ ਜਿਹੜਾ ਨਾਮ ਲੈ ਉਹਦਾ ਅਭਿਆਸ ਕਰੀਏ, ਅਤੇ ਉਹ ਸੁਰਤ ਜਿਹੜੀ ਏ ਅੱਜ ਹੋਰ ਤਰ੍ਹਾਂ ਸੋਚਦੀ, ਉਹਦੀ ਸੋਚ ਬਦਲਦੀ ਜਾਏਗੀ, ਮੰਗਾਂ ਬਦਲਦੀਆਂ ਜਾਣਗੀਆਂ, ਜਿਉਣ ਦਾ ਢੰਗ ਬਦਲਦਾ ਜਾਏਗਾ। ਬਹੁਤੀ ਵਾਰੀ ਗੁਰੂ ਕੇ ਪਿਆਰਿਓ, ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਅਸੀਂ ਵੱਡਾ ਹੋਣ ਵਾਲਾ ਜਿਹੜਾ ਪੱਖ ਸੀ, ਅਸੀਂ ਇੱਕ ਯਾਤਰਾ 'ਤੇ ਸਤਿਗੁਰੂ ਧੋਰਦੇ ਨੇ, ਤੁਰਨਾ ਸੀ ਗੁਰੂ ਕੇ ਪਿਆਰਿਓ, ਵੱਧ ਤੋਂ ਵੱਧ ਨਾਮ ਜਪਣਾ, ਜੋ ਗੁਰਬਾਣੀ ਕਹਿੰਦੀ ਉਹਦੇ 'ਤੇ ਅਮਲ ਕਰਨਾ, ਸੰਗਤ ਵਿੱਚ ਰਹਿਣਾ। ਅਤੇ ਸਾਹਿਬ ਕਹਿੰਦੇ ਵੱਡੇ ਹੋਣ ਦਾ ਮਤਲਬ ਹੈ ਹੁਣ ਤੁਹਾਡੀ ਸੋਚ ਅੰਦਰ ਦੁਨਿਆਵੀ ਕੁਝ ਚੀਜ਼ਾਂ ਨੇ, ਜਦੋਂ ਸਤਿਗੁਰੂ ਜੀ ਵੱਡਾ ਕਰਦੇ ਤਾਂ ਸਾਡੇ ਅੰਦਰ ਰੱਬ ਦੇ ਗੁਣ, ਸਤਿਗੁਰੂ ਦੇ ਗੁਣ, ਇਨਸਾਨੀਅਤ ਦੇ ਉਹ ਗੁਣ, ਜਿਨ੍ਹਾਂ ਗੁਣਾਂ ਨੂੰ ਲੈ ਕੇ ਬੰਦਾ ਇਸ ਦੁਨੀਆ ਵਿੱਚ ਬੇਗਮਪੁਰੇ ਦਾ ਵਾਸੀ ਬਣਦਾ ਹੈ, ਉਹਨੂੰ ਵੱਡਾ ਕਰਦੇ ਨੇ ਸਤਿਗੁਰੂ ਜੀ ਆਪਣੀ ਮਿਹਰ ਕਰਕੇ। ਗੁਰੂ ਕੇ ਪਿਆਰਿਓ, ਪਰ ਇਹਦੀ ਸ਼ੁਰੂਆਤ ਕੀਤੀ ਜਾਂਦੀ ਹੈ, ਸਤਿਗੁਰੂ ਕਹਿੰਦੇ ਨਾਮ ਦਾ ਪੱਲਾ ਪਕੜ ਕੇ। ਅੱਜ ਹਜ਼ੂਰ ਨੇ ਜੋ ਬਚਨ ਕੀਤਾ ਏ, ਕਹਿੰਦੇ ਨਾਮ ਗੁਰੂ ਦੇ ਸਨਮੁੱਖ ਹੋ ਕੇ ਪਤਾ ਲੱਗਦਾ ਅਮੋਲੇ। ਅਮੋਲੇ ਦਾ ਅਰਥ ਕਹਿ ਵੀ ਜਿਹੜਾ ਨਾਮ ਅਸੀਂ ਤੁਹਾਨੂੰ ਜਪਣ ਨੂੰ ਦਿੱਤਾ ਨੇ, ਸੁਰਤੀ ਨੂੰ ਵੱਡਾ ਕਰਨਾ, ਬੜਾ ਅਮੁੱਲਕ। ਜੇ ਅਸੀਂ ਬੁੱਢੇ ਹੋ ਜਾਂਦੇ ਹਾਂ, ਵੱਡੇ ਨਹੀਂ ਹੁੰਦੇ। ਜਿਹੜੀ ਸੋਚ ਗੁਰੂ ਕੇ ਪਿਆਰਿਓ ਅੰਮ੍ਰਿਤ ਛਕਣ ਤੋਂ ਪਹਿਲਾਂ, ਜੇ ਛਕਣ ਤੋਂ ਬਾਅਦ ਵੀ ਉਹ ਰਹੀ, ਅਸੀਂ ਜਨਮ ਲਿਆ ਪਰ ਵੱਡੇ ਨਹੀਂ ਹੋਏ। ਜੇਕਰ ਅੰਮ੍ਰਿਤ ਛਕਣ ਤੋਂ ਬਾਅਦ ਜਿਹੜੀ ਸ਼ੁਰੂਆਤ ਵਿੱਚ ਸੋਚਾਂ ਸਨ ਦਿਲ ਦਿਮਾਗ ਦੇ ਅੰਦਰ, ਉਹੀ 40-50 ਸਾਲ ਵੱਧ ਰਹੀਆਂ ਸੀ, ਬੁੱਢੇ ਹੋ ਗਏ, ਪਰ ਅੰਦਰੋਂ ਸੁਰਤੀ ਵੱਡੀ ਨਾ ਹੋਈ। ਵੱਡੀ ਕੀ ਹੈ ਗੁਰੂ ਕੇ ਪਿਆਰਿਓ? ਜਦੋਂ ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਕੋਲ ਕੋਈ ਜੁੜਦਾ, ਸਾਨੂੰ ਆ ਦੁਨੀਆ ਦੀਆਂ ਚੀਜ਼ਾਂ ਵੱਡੀਆਂ ਲੱਗਦੀਆਂ ਨੇ, ਅਤੇ ਮਹਾਰਾਜ ਕਹਿੰਦੇ ਜੀ ਆਇਆਂ ਨੂੰ ਤੁਸੀਂ ਮੰਗੋ ਅਸੀਂ ਦਿਆਂਗੇ, ਦੁੱਧ ਪੁੱਤ ਮੰਗੋ ਦਿਆਂਗੇ, ਜੇਕਰ ਤੁਸੀਂ ਲੋਕ ਦਾ ਸੁੱਖ ਮੰਗੋ, ਰਾਜ ਭਾਗ ਮੰਗੋ, ਸਤਿਗੁਰੂ ਮਨਾ ਨਹੀਂ ਕਰਦੇ, ਸਤਿਗੁਰੂ ਜੀ ਦਿੰਦੇ ਨੇ। ਆਪ ਕਹਿੰਦੇ ਜਨ ਕੋ ਪ੍ਰਭ ਸੰਗੇ ਅਸਨੇਕ ਹੋ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇਖ ਹੋ। ਜਾਂਦੇ ਹੋ ਹਰਿਮੰਦਰ ਸਾਹਿਬ ਨਮਸਕਾਰ ਕਰਨ, ਭਾਈ ਸਾਲੋ ਜੀ ਦੀਆਂ ਕਿੰਨੀਆਂ ਸਾਖੀਆਂ ਨੇ, ਜ਼ੁਬਾਨ ਤੋਂ ਬਚਨ ਕਰਨਾ ਅਤੇ ਪੁੱਤਰਾਂ ਦੀ ਦਾਤ ਵੰਡੀ ਜਾਣੀ। ਬਾਬਾ ਬੁੱਢਾ ਸਾਹਿਬ ਜੀ ਦੇ ਵੀਰ ਕੋਲ ਦਰਸ਼ਨ ਕਰਦੇ ਹੋ ਪਿਆਰਿਓ, ਨਾਲ ਹੀ ਚੇਤਾ ਹੁੰਦਾ ਵਜ਼ੀਰ ਖਾਨ ਵਰਗਿਆਂ ਦੇ, ਜਲੋਦਰ ਵਰਗੇ ਰੋਗ ਦੂਰ ਨਹੀਂ ਹੁੰਦੇ ਆਏ। ਬਾਬਾ ਬੁੱਢਾ ਸਾਹਿਬ ਜੀ ਕੋਲ ਸਤਿਗੁਰੂ ਜੀ ਦੇ ਦਰ 'ਤੇ ਜਾਣਾ ਹੈ, ਕਾਹਦੇ ਲਈ? ਰੋਗ ਨਹੀਂ ਖੱਟਦਾ। ਕਹਿਣ ਲੱਗੇ ਸਰੋਵਰ ਦੀ ਸੇਵਾ ਚੱਲ ਰਹੀ ਹੈ, ਮਿੱਟੀ ਦੀ ਟੋਕਰੀ ਚੁੱਕੋ, ਚੁਕਾ ਦਿੱਤੀ। ਕਹਿਣ ਲੱਗੇ ਰੋਗ ਤਾਂ ਗੁਰੂ ਘਰ ਦੀ ਸੇਵਾ ਦੀ ਟੋਕਰੀ ਚੁੱਕ ਕੇ ਹੀ ਦੂਰ ਹੋ ਜਾਣਗੇ, ਗੁਰੂ ਕੋਲੋਂ ਕੋਈ ਵੱਡੀ ਚੀਜ਼ ਮੰਗਿਆ ਜੇ। ਗੁਰੂ ਕੇ ਪਿਆਰਿਓ, ਸਾਰਾ ਕੁਝ ਭਲਾ ਏ,
पर की सारी जिंदगी बंदा चीजा लै लै के बुढ़ापे तक मंगदा ही रवे। ये गुरु नानक साहब जी दे सिख दा जा सिक्खी दा रस्ता ने। कहिंदे मंगते तो शुरुआत जो जो अंदर उहदी बख्शिश वट्टी होवे तुसी दाते बन जाओगे दाते। फिर सतगुरु जी कहणगे मंगो तुहानूं असीं कुछ देना चाहुंदे आ। भाई गुरदास साहब कहिंदे चार पदार्थ आखियन, चार पदार्थ लै लो भाई तुहाडी सेवा प्रवान है, सिमरन प्रवान है। जिहदी सुरत वट्टी हो गई ना अंदरों वह अगों सतगुर दे ना गुरसिख मंगे। कहेगा गरीब अनुवाद पिता महाराज मैनू ये चीज़ा नहीं चाहीदियां, मैनू तुसी चाहीदे हो। पहला नहीं जदों कोई सफ़र करदा वड्डा हुंदा यात्रा ते निकलिया कुछ पड़ांक हो गया। जो चार अवस्था सतगुरु जी ने बयान कीतियां ने, पहली नाम अमुलक है, दूसरी नाम जपण तो बाद अनखद नात दा सुनना, उस तो बाद तीसरी स्टेज आएगी जदों आत्मा परमात्मा दा मिलाप मंगदी है तो गुरमुखां दी सखियां सखेलियां दी संगत लोड़ महसूस करदे कि कल्या नहीं ये रस्ता तय होना, किसी गुरमुख दी किसी प्यारे दी सखी सखेली दी लोड़ है। सतसंगियो ते चौथे बंद विच हुक्म कीता ने जदों अंदर अरदास नहीं करदा रब दे मिलाप लई खुद अरदास ही बन जांदा है। राज भाग भी उस दे चार चपेरे आखो तू लै लै उस अवस्था ते पहुंचया। कवेगा राज न चाहो मुक्त न चाहो मन प्रीत चरण कमला रे। पर सत्संगियो ये सारा आपां पड़ा पूरे करने हुंदे ने जिंदगी अंदर, पर बहुत घट रूहां ने जिहड़ियां गुरबाणी नूं सुण के चाहुंदियां ने भी आपां इह तजर्बा करिए। असीं क्यों उड़ीक करदे आं भी सुख दाते नाल जुड़न लई, बाद विच वेखांगे। साहिब कहिंदे रब करे बचपन विच ही सानूं सोझी आ जावे। जिहड़े बचपन विच लग जांदे ने इस रस्ते ते उहनां नूं प्राप्तियां बहुत छेती हुंदियां जे, जिहड़ियां कि वड्डी उम्र विच जा के घट जांदियां क्योंकि दुनिया दियां उलझणां कामकार खिलारा बहुत पै जांदा है, ध्यान खिंड जांदा है। बचपन विच अंदर भोलापन ध्यान बहुता खिंडिया नहीं, छेती महाराज जी की कृपा हो जाती है। मैं एक बचन कहे कि तुरदियां नाल नाल भैन नानकी जी क्या करते सन, महाराज का बचन है ना अमोले, भी मुल कोई नहीं जे इस नाम का, ये नाम किस मुकाम ते लेके जाएगा। जदों जाग के बंदे की आत्मा मंगदी मिलाव तो वाहगुरु मिलते ने। सोचो जरा एक मेरे जिहा जां आप जी वर्गा एक आम इंसान उन्हूं वाहगुरु सृष्टि का मालक मिल पवे तो महाराज कहन तुसी ते मैं एक हाँ भाई फेरू जी वांगू, भी तेरे मेरे विच अंतर नहीं। गुरु के प्यारियो ओ किहो जी जिंदगी खोएगी कि असीं नहीं चाहुंदे ओहो जी जिंदगी, हर कोई चाहुंदा है। पर सोझी ना खून कारण मन का रौला इन्ना है। गुरु के प्यारियो सुननी देंदा गुरबाणी दी बचन पे की कहिंदे ने। मैं गल कर लगा सां भैन नानकी ने जिथे बहना मतावां भैन अली सुल्तानपुर चार फिर आके बह जाना, ते भैन ने कदे कदे बचन इस तरह दे करने जिन्हों समझण विच थोड़ी मुश्किल आउणी। जो जो बंदा रब दे नेड़े हुंदा उहदी बोली बदल जांदी है, बोली वह प्यारां वाली, उहदा वेखण दा ढंग दृष्टिकोण बदल जांदा है। प्रोफैसर पूरन सिंह बच्ची तोरन लगा, धी उहदी डोले च बैठी, तुरन तो पहला मापियां दी गल लग के भराआं ते मां दे रोई पेके तो विछड़न लगियां। जदों कहिंदे पूरन सिंह तू भी प्यार दे कुड़ी नूं ते मिल, कहिण लगा नहीं मैं नहीं इस धी नूं मिलांगा, मैं नहीं गल लग के रो सकदा। पुछिया क्यों, उहदा वेखण दा दृष्टिकोण वखरा। कहिण लगा कमलियो मैं प्यार करदा गुरु कलगियां वाल इनो, मेरे अंदर गुरु ने एक तड़प पाई है उस प्यारे दे मिलाप दी अज पूरी नहीं खोई। तीए तू मंगिया सी वार डोली च बैठी है तैनू वर मिल गया है, जे मैं तेरे गले लग के रोया
मेरा ध्यान उधर लगा रहिंदा प्रभु प्रीतम वाल। मैं जदों रो लग पिया जिंदगी भर मेरा रोना मुकना नहीं जिन्ना चिर मैनू पति परमात्मा मिलिया ना। तेनू मिल गया ती ए मैनू मिलिया नहीं तो मेरा रोना बंद किवें होएगा। वेखण दा अंदाज वखरा है उहनू उहदे विच्चों भी रब की याद आ रही है। बाबा फरीद साहब जी कोयल का रंग काला वेखदे ते वाहिगुरु दे प्यार दे विछोड़े दीआं दर्दां अंदर उठ खलोंदियां ने। सतसंगियो उच्ची सोच ए नहीं पी उहनां दी अज दे हुक्मनामे साहब दा इक बचन गंभीरता नाल सुनना। साहब कहिंदे चार अवस्था साडे ते आउणियां चाहीदियां, जिन्नी छेती आउण भला उन्नी छेती जिंदगी दा आनंद माणांगे। बेबे नानकी जी कहिंदे नहीं भैणो जेड़े नाम जपते ने वो भी पछताते ने, जेड़े नहीं जपते शरीर छड़न तो बाद वो भी बड़ा पछताते ने। आख्या जी इहदा की मतलब, ना जपते पछताण पे उन्हां नूं सजावां मिलदियां गुरु के प्यार। जेड़े जपण वाले भी जेड़े जपते ने वो भी कहन लगे उहदा मतलब है जेड़े नाम तो टुटे रहे अगे 84 का गेड़ दिसदा है ते पछताते ने, ते जड़े नाम जपते ने ना उन्होंने छोटा जा जड़ा जपया सी दरगाह च उहदा मुल बहुत वड्डा पै गया। जदों छोटे जे जपे का मुल बहुत वड्डा पिया ते पछताए अच्छा इन्नी कीमत सी इस नाम दी ते असी सारी जिंदगी क्यों ना जपया। राजा जनक उहदे कन्नां विच गुरु के प्यारू नरकां दे जीवां दी कहिंदे आवाज़ पई, ये कौन लोग ने हाहाकार मची रो रहे ने, ये अपने कर्मां दी सजा भुगत रहे छुट जाणगे, कोई नाम दी कमाई दे देवे मैं दे देना वा। उहदे बारे जो कहानी चलदी कहिंदे केवल एक किणका मात्र उहनां ने नाम दी कमाई दित्ती, सारी नरक खाली हो गए ते नाम फिर भारा। सतगुरु जी कहिंदे भोलिओ जे जनक ने नाम दी एक किणके नाल नरक खाली कराए तुसी जपोगे ते तुहाडे परिवार ते कुल दे दुखां दे नरक नहीं खाली होणगे। अमोलिक है इहदा मुल कोई नहीं, जुड़ो ते आखो जे वाहे गुरु वाहे गुरु वाहे गुरु वाहे गुरु वाहे गुरु वाहे गुरु जियो आए गुरु वाहे 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 गुरु जियो आए गुरु वाहे गुरु वाहे गुरु वाहे गुरु वाहे गुरु वाहे गुरु वाहे गुरु गुरमुख नाम जपो मन मेरे 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 नानक पावो सुख कनेरे नानक पावो सुख कनेरे नानक पावो सुख कनेरे नानक पावो सुख कनेरे। गरीब नवाज पिता महाराज धन गुरु रामदास साहब जी दे पावन पवित्र बचन सुनने ते जरा नाल नाल तुरना महाराज कि कहो जी जिंदगी सानू देना चाहते ने किवें मिलती है सतगुरु जी अज कृपा कर रहे कन। सतनाम श्री वाहे गुरु साहिब जी राग बिहागड़ा शांत महला चौथा
ਘਰ ਪਹਿਲਾ ਸਰਲੇਖ ਰਾਗ ਬਿਖਾਗੜਾ ਵਿੱਚ ਬਚਨ ਨੇ ਸ਼ੰਤ ਕਹਿ ਗੁਰੂ ਕੇ ਪਿਆਰਿਓ ਇੱਕ ਚਾਲ ਇਹਨਾਂ ਵੱਕਰ ਵਿਖੇ ਬਾਣੀ ਇਹਦੀ ਧੰਨ ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ ਘਰ ਪਹਿਲੇ ਵਿੱਚ ਗਾਉਣ ਦਾ ਹੁਕਮ ਹੈ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੀ ਜੋ ਸਾਰੀ ਸ੍ਰਿਸ਼ਟੀ ਅੰਦਰ ਸਮਾਇਆ ਹੋਇਆ ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਉਹਦੇ ਚਰਨਾਂ ਨਾਲ ਜੁੜੀ ਦਾ ਕਹਿ ਹਰ ਹਰ ਨਾਮ ਧਿਆਈ ਹੈ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਜੋ ਹੁਕਮ ਕਰਦੇ ਨੇ ਆਪਣੀ ਜਿੰਦ ਨਾਲ ਗੱਲ ਕਰੋ ਮਹਾਰਾਜ ਦੇ ਕਹਿਣ ਦਾ ਢੰਗ ਏ ਕਿਧਰੇ ਮਿੱਤਰ ਕਹਿ ਕੇ ਕਿਧਰੇ ਭਰਾ ਕਹਿ ਕੇ ਕਿਧਰੇ ਮਨ ਕਹਿ ਕੇ ਮਨ ਪਿਆਰ ਜੀਓ ਮਿੱਤਰਾਂ ਅੱਜ ਕਹਿੰਦੇ ਆਪਣੀ ਜਿੰਦ ਨਾਲ ਗੱਲ ਕਰੋ ਆਪਣੇ ਆਪ ਵਿੱਚ ਗਵਾਚੋ ਹਰ ਹਰ ਨਾਮ ਨਾਮ ਮੰਮੀ ਨੂੰ ਔਂਕੜੇ ਇੱਕ ਪਰਮੇਸ਼ਰ ਦਾ ਨਾਮ ਕਿਸੇ ਆਦਮੀ ਦਾ ਨਹੀਂ ਕਹਿੰਦੇ ਧਿਆਈਏ ਦਾ ਮਤਲਬ ਹੈ ਧਿਆਨ ਵਿੱਚ ਰੱਖ ਕੇ ਵਾਹਿਗੁਰੂ ਨੂੰ ਮੇਰੀ ਜਿੰਦੇ ਤੂੰ ਜਪ ਗੁਰੂ ਦੇ ਸਨਮੁਖ ਹੋ ਕੇ ਜਪੀ ਇਕੱਲੀ ਨਹੀਂ ਗੁਰੂ ਵਾਲੇ ਬਣ ਕੇ ਇਹ ਜਿਹੜਾ ਨਾਮ ਇਹਨਾਂ ਦਾ ਮੁੱਲ ਕੋਈ ਨਹੀਂ ਉਹ ਪਰ ਪਹਿਲਾਂ ਨਹੀਂ ਪਤਾ ਲੱਗਦਾ ਜਦੋਂ ਜਪਾਂਗੇ ਧਿਆਵਾਂਗੇ ਤਾਂ ਫਿਰ ਮੁੱਲ ਪਤਾ ਲੱਗਣਾ ਇਹਦਾ ਪਹਿਲਾਂ ਤਾਂ ਨਹੀਂ ਨਾ ਪਹਿਲਾਂ ਤਾਂ ਕੇਵਲ ਅੱਖਰ ਨੇ ਜਦੋਂ ਇਸ ਨਾਮ ਦੀਆਂ ਬਰਕਤਾਂ ਅਤੇ ਰਹਿਮਤਾਂ ਅੰਦਰੋਂ ਪ੍ਰਗਟ ਹੁੰਦੀਆਂ ਨੇ ਫਿਰ ਬੰਦਾ ਸੋਚਦਾ ਇੰਨਾ ਕੀਮਤੀ ਨਾਮ ਸੀ ਹਜ਼ੂਰ ਆਖਦੇ ਨੇ ਨਾ ਕਹਿੰਦੇ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਪਾਗ ਮਚਾਏ ਸੇ ਨਾਨਕ ਕਰ ਰੰਗ ਮਾਣ ਦੋ ਕਹਿੰਦੇ ਜਿਹੜੀ ਨਾਮ ਦੀ ਕੀਮਤ ਨਹੀਂ ਲੋਕਾਂ ਨੂੰ ਪਤਾ ਇਹਨਾਂ ਨੂੰ ਚੀਜ਼ਾਂ ਦੀ ਕੀਮਤ ਪਤਾ ਹੈ ਨਾਮ ਦੀ ਕੀਮਤ ਗੁਰੂ ਦੀ ਕਿਰਪਾ ਨਾਲ ਪਤਾ ਲੱਗਦੀ ਕਹਿੰਦੇ ਬੜੀ ਕੀਮਤੀ ਚੀਜ਼ ਹੋਰ ਕੁਛ ਵੀ ਛੱਡ ਦੇਵੋ ਉਸਦਾ ਨਾਮ ਦਾ ਪੱਲਾ ਨਾ ਛੱਡਣਾ ਮੇਰੀ ਜਿੰਦੜੀਏ ਹਰ ਰਸ ਬੀਧਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੋਲੇ ਰਾਮ ਕਹਿੰਦੇ ਇਹ ਮਨ ਨਾ ਵਾਹਿਗੁਰੂ ਦੇ ਰਸ ਵਿੱਚ ਵਿੰਨਿਆ ਜਾ ਕੇ ਵਿੱਜਿਆ ਜਾ ਕੇ ਜਦੋਂ ਉਹ ਫਿਰ ਮਨ ਨੂੰ ਵੀ ਬਹੁਤ ਪਿਆਰਾ ਲੱਗਦਾ ਏ ਅਤੇ ਕਹਿੰਦੇ ਵਾਹਿਗੁਰੂ ਨੂੰ ਵੀ ਜਦੋਂ ਬਹੁਤ ਪਿਆਰੇ ਲੱਗਦੇ ਹਾਂ ਨਾ ਅਸੀਂ ਨਾਮ ਜਪਦੇ ਖੁੱਬ ਕੇ ਪੂਰਾ ਧਿਆਨ ਜੋੜ ਕੇ ਫਿਰ ਨਾਮ ਚਕੋਲੇ ਨਾਮ ਦੇ ਰਾਹੀਂ ਅੰਦਰੋਂ ਦੀਆਂ ਰਹਿਮਤਾਂ ਦੀ ਖੁਸ਼ਬੂ ਪੈਦਾ ਹੁੰਦੀ ਖੁਸ਼ਬੂ ਹੁਣ ਤਾਂ ਖਿਆਲ ਚਿੰਤਾ ਵਾਲੇ ਫਿਕਰਾਂ ਵਾਲੇ ਉੱਠਦੇ ਨੇ ਨਾ ਫਿਰ ਉਹ ਖੁਸ਼ਬੂ ਏ ਇੱਕ ਵੱਖਰੀ ਜਿਹੜੀ ਕਿ ਦਾਤਾ ਤਰਸ ਕਰਕੇ ਝੋਲੀ ਪਾਵੇ ਅਤੇ ਪਤਾ ਲੱਗਦਾ ਵੀ ਉਹ ਕਿਹੜੀ ਚਕੋਲੇ ਖਾਸ ਕਰ ਗੁਰੂ ਰਾਮਦਾਸ ਪਿਤਾ ਜੀ ਸ਼ਬਦ ਬਹੁਤ ਵਰਤਦੇ ਨੇ ਹਰ ਅੰਮ੍ਰਿਤ ਭਿੰਨੇ ਲੋਇਨਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਖੀਚ ਕਹਿੰਦੇ ਜਨ ਨਾਨਕ ਮੁਸਕ ਚਕੋਲਿਆ ਸਭ ਜਨਮ ਤਨ ਧੰਨਾ ਉਹਦੀ ਬਖਸ਼ਿਸ਼ ਦੀ ਖੁਸ਼ਬੂ ਜਦੋਂ ਅੰਦਰ ਖਿਲਰਦੀ ਤੇ ਸਾਰਾ ਜਨਮ ਧਨ ਧਨ ਖੋ ਜਾਂਦਾ ਕਹਿ ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ ਅਨੰਤ ਨਾ ਕਾਹੂ ਡੋਲੇ ਰਾਮ ਜਦੋਂ ਗੁਰੂ ਦੀ ਮਤ ਨਾਲ ਇਹ ਮਨ ਟਿਕ ਜਾਵੇ ਠਹਿਰਾਈਏ ਕਹਿੰਦੇ ਹੋਰ ਚੀਜ਼ਾਂ ਨਾਲ ਅਸੀਂ ਟਿਕਾਣਾ ਚਾਹੁੰਦੇ ਹਾਂ ਮਹਾਰਾਜ ਆ ਦਾਤ ਦੇ ਦਿਓ ਮਿਲ ਜਾਂਦੀ ਏ ਮੰਗ ਪੂਰੀ ਕਰੋ ਪੂਰੀ ਹੋ ਜਾਂਦੀ ਏ ਕਹਿੰਦੇ ਮਨ ਫਿਰ ਭਟਕਦਾ ਰਹਿੰਦਾ ਹੈ ਇਹਨੇ ਟਿਕਣਾ ਹੀ ਤੇ ਕੇਵਲ ਗੁਰਮਤ ਦੇ ਨਾਮ ਨਾਲ ਟਿਕਣਾ ਹੋਰ ਕਿਸੇ ਚੀਜ਼ ਨਾਲ ਇਹਨੇ ਟਿਕਣਾ ਨਹੀਂ ਬਹੁਤ ਪਿਆਰਾ ਇੱਕ ਬਚਨ ਪੰਚਮ ਪਿਤਾ ਜੀ ਆਖਦੇ ਨੇ ਜਿਸ ਇਲਾਕੇ ਦਾ ਤੁਸੀਂ ਵਾਕਫ ਨਹੀਂ ਉਸ ਬਗਾਨੀ ਜੂਹ 'ਚ ਕੋਈ ਬੰਦਾ ਜਾ ਰਿਹਾ ਹੋਵੇ ਅੱਤ ਦੀ ਗਰਮੀ ਅਤੇ ਗਰਮੀ ਨਹੀਂ ਖੁੰਮਸ ਹੋਵੇ ਖੁੰਮਸ ਨਾ ਖਵਾ ਪੂਰੀ ਅਤੇ ਐਨ ਚਾਰ ਚੁਫੇਰੇ ਪਸੀਨਾ ਜਿਹਾ ਦਿਲ ਕਾਲਾ ਪਵੇ ਉਹਦੇ ਵਿੱਚ ਤੁਸਾਂ ਨੇ ਕੁਛ ਕਰਨਾ ਸਫ਼ਰ ਰਾਈ ਨੇ ਕਿਧਰੇ ਪਹੁੰਚਣਾ ਰਾਈ ਇਕੱਲਾ ਏ ਬਗਾਨੀ ਜੂਹ ਏ ਮੌਸਮ ਬੜਾ ਹੁੰਮਸ ਧੁੰਮਸ ਵਾਲਾ ਏ ਅਤੇ ਕਹਿੰਦੇ ਉਹਦਾ ਅੰਦਰ ਕਾਲਾ ਪੈ ਰਿਹਾ ਹੁੰਦਾ ਉਹਨੂੰ ਡਰ ਲੱਗਦਾ ਪਤਾ ਨਹੀਂ ਕੀ ਹੋ ਜਾਵੇ ਅਤੇ ਚਾਰ ਚੁਫੇਰੇ ਤੋਂ ਉਹਨੂੰ ਆਵਾਜ਼ਾਂ ਆ ਰਹੀਆਂ ਹੋਣ ਕਿਧਰੇ ਚੰਗੀਆਂ ਕਿਧਰੇ ਮਾੜੀਆਂ ਅਤੇ ਬੰਦਾ ਡਰ ਜਾਂਦਾ ਮੈਂ ਕਿੱਧਰ ਆ ਗਿਆ ਕਹਿੰਦੇ ਦੁਨੀਆ ਰੱਬ ਤੋਂ ਟੁੱਟ ਕੇ ਭਾਵੇਂ ਉਹ ਘਰਾਂ 'ਚ ਸ਼ਹਿਰਾਂ 'ਚ ਵੱਸਦੇ ਹੋ ਨਾ ਹਾਲਤ ਇਹੀ ਏ ਬਾਹਰ ਵਿਡਾਨੜੇ ਘੁੰਮਸ ਧੁੰਮਸ ਕੂਕਾਂ ਪਈਆਂ ਰਾਖੀ ਤੁਰੇ ਵੀ ਜਾਂਦੇ ਹਾਂ ਸਭ ਕੁਛ ਕਮਾਉਂਦੇ ਹਾਂ ਖਾਂਦੇ ਹਾਂ ਪੀਂਦੇ ਹਾਂ
पर डारे दिने रात परम तिक चिंता बनी होइए। कहिंदे तौ सह सेती लगड़ी डोरी नानक अनद सती बन गाखी। जिन्हां दी डोर सुरती दी रब नाल जुड़ गई ये दुनिया दे जंगल विचो आनंद नाल निकलणगे। उन्हां नूं इह कूकां नहीं सुणीदियां, उन्हां नूं ते लगदे सुखावना बाग। एक बचन कह के छेती नाल अगे तुरदे आ। साहब कहिंदे असीं राखी आ, तुरे जाने आ, जिंदगी जो रहे हाँ पर प्यासे हाँ। प्यासे का की मतलब? प्यास का मतलब हुंदा भुख जिहड़ी मन उह लगियां आ मिल जाए वह मिल जाए, जो सारी जिंदगी मन ने मंगते रहना इनू हर चीज़ दिती है, फिर भुखे का भुखा प्यासा आ रह गया आ रह गया। कहिंदे देख पछक प्यास, प्यास तेरी नहीं हो मुकनी बाहरों, किवें मुकनी तेनू दसीए? कहिंदे खां। कहिंदे पछक प्यास, पछक हुंदा राह, प्यास लगी है शांत नहीं तो चित सरोवर आ, चित नू सरोवर बना लो, आत्म जल लै, वाहिगुरु 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 जपो, अंदरों आत्म जल सतगुरु देणगे। संत संगे मन फरे मन पर पड़े, मिल मेघ तर सुखाग, संगत करिया जे ओ प्यास बुझ जाएगी। जिवें मीह पवे ते धरती सुखाग भाग वाली बनदी, अंदरों सतगुरु जल देणगे ते जिंदगी जड़ी खरी परी हो जाएगी। आखो फिर एक बार फिर जी, वाहे गुरु वाहे गुरु वाहे गुरु वाहे गुरु वाहे गुरु वाहे जियो वाहे गुरु वाहे गुरु वाहे गुरु हर हर तेरा नाम है, हर हर तेरा नाम है, हर हर दुख मेटन हारा, दुख मेटन खारा, दुख साहब कहिंदे गुरमत नाल अंदर टिकेगा ते फिर कदरे भी खोर जगा ते डोलेगा नहीं। मन चिंदेड़ा फल पाया हर प्रभ, गुण नानक बाणी बोले राम। कहिंदे जिहड़ी मन नूं असली चीज चाहीदी सी इहनां नूं फल मिलदा परमेश्वर दी बख्शिश दा, ते फिर उहदी निशानी की है? कहिंदे फिर सदा ही ना गुरु नानक साहिब ते परमेश्वर दे गुण ही बंदा गाई जांदा है। पहला तो चेता नहीं ना मुकदियां होर चीज़ा ही, तो किधरे किधरे कहिंदा शुक्र है रब्बा, फिर हर चीज़ नूं वेख के साडे अंदरों शुक्र निकलेगा। गुरमत मन अमृत वठड़ा मेरी जिंदड़िए, मुख अमृत बैन अलाए राम। गुरु दी मत नाल मन विच अमृत दी वर्खा हुंदी, अंदर चिमचिम वरस है अमृत धारा। सचमुच कोई अमृत धारा अंदर वहिंदी उहनूं पींदा कौणे? मन पीवै जी, किवें पींदा? सुन शब्द विचारा अंदर कोई शब्द है उह सुणदी सुरती उह पींदी है। ये गल्लां प्यारियो गुरबाणी दियां ने, अपने लिए हर इंसान लई ने। असीं इन्हां चीज़ां नूं परे जी कर दिंदे आ, खोरे किहड़ी गल है? जां रूपी कह के, रूपी नहीं, सब कुछ प्रैक्टिकल अमली तौर ते जो करना है, जो किसे कीता वह मेरे साहबां ने बयान किया रब दे राह आला। कहिंदे भाई मेरी जिंदड़े मुख तो ना फिर सदा ही तेरे वाहिगुरु दे बचन मिठे मिठे अमृत बचन निकलोंगे, पाव उहदे गुण गाओगे। अमृत बाणी भगत जना की मेरी जिंदड़िए, मन सुनिए हर लिव लाए राम। अमृत बाणी मेरे सतगुरां दी भगतां दी, कहन लगे फिर मेरी जिंद
जदो तू ये बाणी पढ़ेगी बाणी सुनेगा तेरा अंदर ते लिव तेरी बदो बदी जुड़ेगी खून ते लिव लगती नहीं फिर लिव टुटनी नहीं कर चिरी विछुन्ना हर प्रभ पाया गल मिलिया सहज सुभाए राम चिरा तो विछोड़ा सी निरंकार नाल कहिंदे विछोड़ा दूर हो गया खरी प्रभु अंदरू आया अज पूरा नहीं थोड़ा जा आया जीओ किवें आया कहिंदे खुण अंदर सहज आ गई प्यार आ गया क्योंकि जे सारा परमेश्वर एकदम आ जावे अंदर उहदी ताकत आपां जर नहीं सकांगे कहिंदे आ गए तूं कहिंदा रस आउंदा ई हुण सहज ई मत समझणा ई मंजिल मिल गई सतगुरु कहिंदे अजे दूसरा पड़ां आया ई इस पड़ा ते की निशानी आखरी पंक्ति च दसदे ने जन नानक मन आनंद भया है मेरी जिंदड़िए अनहत शब्द बजाए राम कहिंदे जदों बंदा नाम जप के इस स्टेज ते पहुंचदा अंदर अमृत उठदा है बाणी पढ़दा है शुक्र निकलदा है होएगा कि अंदर आनंद है बहुत खेड़ा हुण अनखद शब्द सुनदा है कईयां ने ते यही कह दिता लगातार टिकाओ नू अनखद शब्द कहिंदे नहीं सतगुरु कहिंदे पंज शब्द वाजे पंच शब्द तित तरस पा गए शब्द वाजे कला जित करतारिया रूपी नहीं सचमुच ओ वाजे जिहड़े अकाल पुरख वजा रहे पूरे ब्रह्मांड अंदर सतगुरु कहिंदे अनखद शब्द फिर सुनेगा वह इन्ना प्यारा शब्द है जिन्हों सुने उहदे च गड़ूंद खुंदा जांदा है इत एक छोटी जी बेनती करा प्यारो महाराज दे सारे बच्चे ने किसी भी रस्ते ते कोई तुर के वाहिगुरू नूं याद कर रहे हो कर्मां वाला वो पूजन जोग है गल कर रहे हैं सिक्खी दी जोगी ने बहुत अभ्यास जदों करदा है उहनूं भी अनखद शब्द सुणदा है ते सिख नूं भी सुणदा है सिक्खी दे राह ते तुरन वाले नूं जोगी दी मंजिल अनखद शब्द जदों सुणन लग गया इत्थों तक कट्ठे तुरदे हैं कुदरों भी तुरे गुरु के प्यारे उस तों बाद ताकतां रिधियां सिधियां उहदियां रब्बी मेहरां आउंदियां अंदर उत्थों तक जोगी जा के रुक जांदा अगे नहीं तुर सकदा गुरमत की है महाराज कहिंदे नहीं जे किधरे विआह खून ऐ लाड़े ने आउणा विआहुण वाजे वज रहे ने जे वाजे वजदे खून ते प्यारिओ लाड़ा आवे ही ना ते उहनां वाजिआं दा की मतलब होया मतलब से जदों इह अनखद शब्द किसे नूं सुणदा है उस तों बाद गुरु के प्यारे अजे ये प्रतीक है भी लाड़ा आएगा मतलब परमात्मा मिलेगा वो आया नहीं उहदे लई अगे इच जा के सिख मुंद बन जाता है जीव स्त्री बन जाती उहदी आत्मा मेरे कहन तों भाव वाखे गुरु का मिलाप मंगदी इच रुकदा नहीं कईआं वीरां नूं इह तां मैं बेनती कर रहा जिन्हां नूं महाराज ये सुणांदे ने ना ਉਹ ਕਿਧਰ ਰੁਕ ਜਾਂਦੇ ਕਈ ਵਾਰ ਸਮਝਦੇ ਬਸ ਜੋ ਮਿਲਣਾ ਸੀ ਮਿਲ ਗਿਆ ਨਹੀਂ ਇਹ ਰਸਤੇ ਦਾ ਪੜਾ ਇਹ ਮੰਜ਼ਲ ਨਹੀਂ ਇਸ ਤੋਂ ਬਾਅਦ ਕੀ ਅੰਦਰ ਸੁਰਤੀ ਬਦਲੇਗੀ ਜਦੋਂ ਹੋਰ ਵੱਡੀ ਹੋਈ ਅਗਲੇ ਬੰਦ ਵਿੱਚ ਸੁਣੋ ਜੀ ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੈ ਰਾਮ ਉਹਨਾਂ ਸੁਰਤੀ ਅੰਦਰੋਂ ਵੱਡੀ ਹੋ ਗਈ ਸੋਚ ਬਦਲ ਗਈ ਸੁਣਦਾ ਏ ਤੇ ਹੁਣ ਕੀ ਭੁੱਖ ਲੱਗ ਗਈ ਪਰਮੇਸ਼ਰ ਤੇਰੇ ਵਾਜੇ ਵੱਜੇ ਮੈਂ ਚਾਹ ਚੜ ਗਿਆ ਤੂੰ ਆ ਰਿਹਾ ਪਰ ਤੂੰ ਆ ਨਹੀਂ ਰਿਹਾ ਮੈਂ ਕੀ ਕਰਾਂ ਜਿੰਨਾ ਮੇਰਾ ਜ਼ੋਰ ਸੀ ਨਾਮ ਜਪਣ ਤੇ ਸੇਵਾ ਤੇ ਮੈਂ ਲਾ ਦਿੱਤਾ ਏ ਫਿਰ ਅੰਦਰ ਉੱਠਦੀ ਜੀ ਕੋਈ ਹੈ ਪਿਆਰਾ ਮੇਰੀ ਮਦਦ ਕਰੇ ਮਹਾਰਾਜ ਕਹਿੰਦੇ ਤੀਸਰੀ ਅਵਸਥਾ ਜਿੱਥੇ ਜਾ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ ਹਜ਼ੂਰ ਕਹਿੰਦੇ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਕਿਉਂ ਇੱਕ ਸਟੇਜ ਜਿੱਥੇ ਜਾ ਕੇ ਬੰਦੇ ਦੀ ਅੰਦਰ ਮੰਗਦਾ ਹੈ ਚੀਜ਼ ਕੋਈ ਮੇਰੀ ਮਦਦ ਕਰੋ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵੇਚਾਈ ਪੰਚਮ ਪਿਤਾ ਦੇ ਬਚਨ ਹਜ਼ੂਰ ਕਹਿੰਦੇ ਕੋਈ ਜਨ ਹਰ ਸਿਓ ਦੇਵੈ ਜੋਰ ਜੀ ਮੈਨੂੰ ਕੋਈ ਜੋੜੇ ਇਹ ਉਸ ਤੋਂ ਬਾਅਦ ਮੰਗ ਪੈਦਾ ਹੁੰਦੀ ਹੈ ਤੀਬਰ
ਕਹਿੰਦੇ ਚਰਨ ਗਊ ਦੇ ਮੈਂ ਚਰਨ ਪਕੜਦਾ ਵਾਂ ਪਕੜਾਂਗਾ, ਬਕੂ ਸ਼ੁਭ ਰਸਨਾ ਉਹਦੀ ਸਿਫਤ ਕਰਾਂਗਾ, ਦੀਜੇ ਪ੍ਰਾਣ ਅਕੋਰ ਮੈਂ ਪ੍ਰਾਣ ਵੀ ਭੇਟਾ ਕਰ ਦਿਆਂਗਾ ਕੋਈ ਮੈਨੂੰ ਮਿਲਾਵੇ। ਇਹ ਮੰਗ ਪੈਦਾ ਹੁੰਦੀ ਹੈ ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ, ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਮ। ਕਹਿੰਦੇ ਜੀ ਮੈਨੂੰ, ਮੈਂ ਉਹਨੂੰ ਆਪਣਾ ਮਨ ਦੇ ਦਿਆਂਗਾ ਪਿਆਰੇ, ਆਪਣੀ ਜਿੰਦ ਨਾਲ ਵੀ ਗੱਲ ਹੋ ਰਹੀ ਅਤੇ ਮੰਗ ਵੀ ਅੰਦਰੋਂ ਉੱਠ ਰਹੀ ਹੈ। ਕਹਿੰਦੇ ਮੈਨੂੰ ਨਾ ਕੋਈ ਮੇਰੇ ਰੱਬ ਦੀ ਕਥਾ ਸੁਣਾਵੇ। ਇੱਕ ਤਾਂ ਆਹ ਕਥਾ ਹੈ ਨਾ ਜੋ ਆਪਾਂ ਕਰ ਰਹੇ ਆਪਣੇ ਲੈਵਲ 'ਤੇ ਬਾਹਰੋਂ, ਉਹ ਕਥਾ ਗੁਰੂ ਕੇ ਪਿਆਰਿਓ ਵਾਹਿਗੁਰੂ ਜੀ ਅੰਦਰੋਂ ਸੁਣਾਉਂਦੇ ਨੇ। ਉਹ ਕਥਾ ਜਿਹਨੂੰ ਸੁਣਦੀ ਹੈ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁੱਖ ਪਾਵੇ ਸੁਰਤੀ, ਉਹਦੇ ਦਰ 'ਤੇ ਟਿਕ ਕੇ ਉਹ ਜਦੋਂ ਅੰਦਰੋਂ ਕਥਾ ਸੁਣਾਉਂਦਾ ਨਾ ਪਰਮੇਸ਼ਰ ਉਹਦੇ ਪਿਆਰੇ ਦੀ ਮਦਦ ਨਾਲ, ਅਤੇ ਫਿਰ ਉਹ ਕਥਾ ਨਹੀਂ ਹੁੰਦੀ। ਕਥਾ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਖੋਲ੍ਹਣਾ। ਰੱਬ ਫਿਰ ਆਪਣੇ ਘਰ ਦੇ ਭੇਦ ਖੋਲ੍ਹਦਾ ਅੰਦਰ ਸਰੀਰ ਦੇ, ਵੀ ਆਹ ਕੁਝ ਮੇਰੇ ਖਜ਼ਾਨੇ ਨੇ। ਜਦੋਂ ਸੁਰਤੀ ਵੇਖਦੀ ਹੈ ਤੇ ਕਹਿੰਦੀ ਨੌ ਨਿਧ ਤੇਰੇ ਸਗਲ ਨਿਧਾਨ। ਅੱਛਾ, ਇੰਨੇ ਖਜ਼ਾਨੇ ਸਨ ਅੰਦਰ, ਮੈਂ ਤਾਂ ਸੋਚਿਆ ਕੇਵਲ ਸਰੀਰ ਹੈ, ਪਰ ਇਹ ਸਾਰਾ ਕੁਝ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਆਪਣੇ ਅੰਦਰ ਆਉਣਾ ਚਾਹੀਦਾ। ਕਹਿ ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ, ਮਨ ਚਿੰਦਿਆੜਾ ਫਲ ਪਾਵੈ ਰਾਮ। ਆਪ ਹੀ ਜਵਾਬ ਦਿੰਦੇ, ਭਟਕ ਨਾ ਜਾਣਾ, ਕਿਧਰੇ ਡਿੱਗ ਨਾ ਪੈਣਾ, ਉਲਾਰ ਨਹੀਂ। ਸਾਹਿਬ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਸਦਾ ਬੰਦਗੀ ਕਰਦੇ ਰਹੋ, ਮੇਰੀ ਜਿੰਦੜੀਏ ਕਿਸੇ ਹੋਰ ਪਾਸੇ ਨਾ ਝਾਕੀ, ਐਵੇਂ ਨਿਰਾਸ਼ ਨਾ ਹੋ ਜਾਵੀਂ ਵੀ ਛੇਤੀ ਕਿਉਂ ਨਹੀਂ ਮਿਲਦਾ। ਪਿਆਰਿਓ, ਵਾਹਿਗੁਰੂ ਜਾਣਦਾ ਕਦੋਂ ਕਿਹੜੀ ਚੀਜ਼ ਕਿਸੇ ਨੂੰ ਦੇਣੀ ਹੈ। ਕੱਲ੍ਹ ਇੱਕ ਸੱਜਣ ਕਹਿ ਰਹੇ ਸਨ, ਕਈ ਬੰਦੇ ਇੱਕਦਮ ਜੁੜਦੇ ਨੇ, ਦਿਨੇ ਰਾਤ ਕਈ ਕਈ ਘੰਟੇ ਜੁੜੇ ਰਹਿੰਦੇ, ਇੱਕ ਸਮਾਂ ਹੁੰਦਾ ਬਿਲਕੁਲ ਟੁੱਟ ਜਾਂਦੇ। ਕਾਰਨ ਇਹ ਰੱਬੀ ਇਸ਼ਕ ਦਾ, ਉਹਦੇ ਪਿਆਰਾਂ ਦਾ ਬੂਟਾ ਲੱਗਦਾ ਏ, ਉਹਨੂੰ ਪਾਲਣਾ ਹੁੰਦਾ ਆ ਸੰਗਤ ਵਿੱਚ ਰਹਿ ਕੇ, ਗੁਰਮੁਖਾਂ ਦੀ, ਉੱਚਿਆਂ ਦੀ ਸੰਗਤ, ਅਤੇ ਜੇਕਰ ਉਹਨਾਂ ਲੋਕਾਂ ਦੀ ਸੰਗਤ 'ਚ ਬਹਿ ਕੇ ਜਿਹੜੇ ਦੁਨਿਆਵੀ ਕੇਵਲ ਗੱਲਾਂ ਕਰਨ, ਰੱਬ ਦੀ ਗੱਲ ਕਰਨ ਹੀ ਨਾ, ਫਿਰ ਉਹ ਟੁੱਟ ਜਾਂਦਾ ਹੈ। ਸਤਿਗੁਰੂ ਜੀ ਮਿਹਰ ਕਰਨ। ਹਜ਼ੂਰ ਕਹਿੰਦੇ ਸਦਾ ਜਪਦੇ ਰਹੀਏ ਮੇਰੀ ਜਿੰਦੜੀਏ, ਜੋ ਤੇਰੀ ਅੰਦਰਲੀ ਇੱਛਾ ਏ ਉਹ ਫਲ ਜ਼ਰੂਰ ਮਿਲੇਗਾ। ਨਾਨਕ ਭਜ ਹਰ ਸ਼ਰਣਾਗਤੀ ਮੇਰੀ ਜਿੰਦੜੀਏ, ਵੱਡ ਭਾਗੀ ਨਾਮ ਧਿਆਵੈ ਰਾਮ। ਹੋਰ ਨੁਕਤਾ ਦੱਸ ਦਿੱਤਾ ਨਹੀਂ, ਕਹਿੰਦੇ ਇੱਕ ਤਾਂ ਇੱਥੇ ਜਾ ਕੇ ਮੰਗ ਤੀਬਰ, ਕਹਿੰਦੇ ਡੋਲਣਾ ਨਹੀਂ, ਸਦਾ ਅਰਾਧੇ ਰਹਿਣਾ, ਇਸੇ ਨਾਮ ਨਹੀਂ ਬੇੜੇ ਬੰਨੇ ਲਾਣੇ ਨੇ, ਹੋਰ ਕੋਈ ਵੱਖਰਾ ਮੰਤਰ ਨਹੀਂ ਜੇ, ਇਹਦੇ ਵਿੱਚ ਹੀ ਸਾਰੀਆਂ ਤਾਕਤਾਂ। ਦੂਸਰਾ ਕਹਿੰਦੇ ਹਰ ਸ਼ਰਨਾਗਤੀ ਡਿੱਗ ਕੇ ਰਹਿਣਾ, ਮਾਣ ਅਹੰਕਾਰ ਨਾ ਹੋ ਜਾਵੇ ਵੀ ਦੂਜੇ 'ਤੇ ਬਹੁਤ ਘੱਟ ਕਮਾਈ ਕਰਦੇ ਮੇਰੀ ਬਹੁਤ ਨਹੀਂ। ਕਹਿੰਦੇ ਤੂੰ ਡਿੱਗ ਪਓ, ਨੀਵਾਂ ਖੋ ਜਾ, ਜਿੰਨਾ ਖੋਏਂਗੀ ਮੇਰੀ ਜਿੰਦੜੀਏ ਤੇਰੇ ਭਾਗ ਵੱਟੇ ਤੂੰ ਤੁਰਦੀ ਏ, ਨਾਮ ਧਿਆ ਤੇ ਆਖ ਵਾਹਿਗੁਰੂ 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 ਵਾਹਿ। ਵਾਹਿਗੁਰੂ 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 ਵਾਹਿ। ਨਾ ਮਿਲੇ ਤਾਂ ਜੀਵਾਂ ਨਾਨਕ, ਨਾ ਮਿਲੇ ਤਾਂ ਜੀਵਾਂ, ਨਾ ਮਿਲੇ ਤਾਂ, ਤਨ ਮਨ ਜੀਵੇ ਖਰਿਆ ਮੈਂ ਜਿਉਂਦਾ ਤਾਂ ਵਾ ਮੈਨੂੰ ਨਾ ਮਿਲੇ। ਹੁਣ ਵੇਖਣਾ ਚੌਥੀ ਹਾਲਤ ਕੀ ਬਣਦੀ ਸਟੇਜ ਦੇ। ਮੈਂ ਗੱਲ ਕਰ ਰਹੀ ਸਾਂ ਸੁਰਤੀ ਸਤਿਗੁਰੂ ਦੇ ਘਰ ਆ ਕੇ ਵੱਡੀ ਹੋਣ ਦਾ ਕੀ ਮਤਲਬ, ਸੋਚਾਂ ਬਦਲਣੀਆਂ, ਸਟੇਜ ਬਦਲਣੀ। ਮਹਾਰਾਜ ਚਾਹੁੰਦੇ ਨੇ ਆਪਾਂ ਸਾਰੇ ਨਾ ਇੱਕ ਬੇਨਤੀ ਕਰਾਂ, ਆਪਾਂ ਨਹੀਂ ਕਹਿਣੋ ਖੱਟਦੇ ਜੀ ਮੈਂ ਗੁਨਾਹਗਾਰ, ਮੈਂ ਪਾਪੀ, ਮੈਂ ਮਾੜਾ।
सतगुरु तो नहीं ना सानू कहिंदे, वह तो कहिंदे आवो संत प्यारे, किधरे कहिंदे आवो मीत प्यारे, आवो मिलो सखेलियो। आपां भी ना क्या करिए, जिन्ना जोर इस गल ते लाने ना भी माड़े हाँ जी, नीच हाँ जी, पापी हाँ, गुनाहगार, उन्हां चिर लाइए वाहिगुरु वाहिगुरु करके, सतगुरु तेरा दर बड़ा वड्डा है, तू बख्शें दे, तू किनू किनू नहीं बख्शिया, मैनू भी जरूर बख्शेंगा। उधर तुरिए जो करना है, सुनना चौथे बंद अंदर अंदर दी किड्डी वड्डी मंग बन गई, कर कृपा प्रभ आए मेल मेरी जिंदड़िए, गुरमत नाम प्रगासे राम। मेरे वाहिगुरु जी मैनू मिलो, मेरा हुण सरदा नहीं तुहाडे मिलाप तो बगैर। ते महाराज कहिंदे गुरु दी मत दे नाल ना अंदर नाम दा प्रकाश सतगुरु करनगे। हाँ हर बाज उडीणिया मेरी जिंदड़िए, ज्यों जल बिन कमल उदासे राम। कहिंदे सारी सृष्टि शब्द दी आवाज ते प्रकाश दो चीजां दी सारा पसारा है। जदों कोई रब नाल जुड़दा पहला शब्द दी गल होई वह सुनेगा, हुण कहिंदे प्रकाश होएगा जिहड़ा अंदर, जिहनूं कहिंदे बलियो चिराग अंधियार में, जिहनूं सतगुरु कहिंदे बलिया गुर ज्ञान, इत्थे जा के कहिंदे प्रकाश हुंदा है। हाँ जी, बचन यह सी दूसरी पंक्ति अंदर, कहिंदे दाता मैं तेरे बगैर मेरी जिंद उदास है, जिवें पानी तो बगैर मच्छी तड़फदी मैं तड़फ रहा खां। गुर पूरै मेलाया मेरी जिंदड़िए, हर सज्जन हर प्रभ पासे राम। गुरु जी नूं किन्ना फिकर, कहिंदे ओ गुरु पूरा ही ये काम करेगा, अधूरा गुरु नहीं, पूरे गुरु कौन ने, तन गुरु ग्रंथ साहिब महाराज दस पातशाह दी जोत है, किवें मिलदा जदों अमृत दी दात लईए। कहिंदे पूरे गुरु ने मिलाया ते मिलाना ये नहीं है, हजूर कहिंदे पूरा गुरु वाके गुरु नूं सज्जन बना के वाहेगुरु दे पासे सत गुरु ही ला के रख दे कन। धन धन गुरु हर दसिया मेरी जिंदड़िए, जन नानक नाम बिगासे राम। जदों बख्शिश करदा है ते बंदा हुण ते बदो बदी आखना पैंदा ना वाहेगुरु कह, फिर गुरु के प्यारो इहदा अंदर धन धन गुरु नानक साहिब, धन गुरु रामदास महाराज, वह वेख लिया ना उहदियां बख्शां नूं, धन धन सतगुरु जी नूं करदा है। ते मेरी जिंदड़ी ये कह के मेरी जिंदे धन है मेरा सतगुरु जिन्हें एड्डी वड्डी मेहर कीती, नाम नाल अंदर बिगासे खेड़ा ही खेड़ा भर दिता। कै मंगिए आपां वे, मिल मेरे प्रीतम प्यारिया, मिल मेरे प्रीतम प्यारिया, मिल मेरे प्रीतम प्यारिया। मान करो तुदयो परे, मान करो तुदयो परे, मान करो तुद मेरे प्रीतम प्यारे, मेरे प्रीतम प्यारे, मेरे प्रीतम प्यारे, मिल मेरे प्रीतम प्यारे, मिल मेरे प्रीतम प्यारिया, मिल मेरे प्रीतम प्यारिया। धन गुरु रामदास महाराज जी की मेहर नाल ये चारे स्टेजा सतगुरु कहिंदे हर उस वीर भैन ते आउण जिन्हों इंसानी जामा मिलिया ते सतगुरु दे लड़ लगा ये, इन्हें बचन प्रवान करने, कोई भुला चुकां की खिमा करनी जी। फिर जदों सतगुरु जी अंबर च लैके आउणगे तुहाडे चरणा च बैठ के सतगुरु की सिफत सलाह जिवें साहब करवाउणगे करांगे, असीसां देणियां जीओ
सुनिए प्यार नाल दो पंक्तियां ते समाप्ति करिए जी। गुर पूरै मेलाया मेरी जिंदड़िए, हर सज्जन हर प्रभ पासे राम। धन धन गुरु हर दसिया मे